ਸਲਾਮ ਅਲੈਕੁਮ ਜੀ, ਮੈਂ ਅਹਿਮਦ ਰਜ਼ਾ, ਪੰਜਾਬੀ ਪ੍ਰਚਾਰ ਦਾ ਸਦਰ, ਤੁਹਾਡੇ ਨਾਲ ਗੱਲ ਕਰ ਰਿਹਾ। ਔਰ ਅੱਜ ਦੀ ਗੱਲ ਕਰਨ ਦਾ ਤੁਹਾਡੇ ਨਾਲ ਮਕਸਦ ਸਿਰਫ ਇੱਕੋ ਹੀ ਹੈ ਕਿ ਅਸੀਂ ਪੰਜਾਬੀ ਦੇ ਵਾਸਤੇ ਜਿਹੜੀ ਇਹਤਜਾਜੀ ਰੈਲੀਜ਼, ਜਲਸੇ, ਜਲੂਸ ਜਾਂ ਕਾਨਫਰੰਸਿਸ ਵਗੈਰਾ ਕਰਦੇ ਰਹੇ ਹਾਂ, ਉਹਦਾ ਨੋ ਡਾਊਟ ਇੱਕ ਬੜਾ ਮੁਸਬਤ ਜਿਹੜਾ ਹੈ ਉਹ ਸਾਨੂੰ ਚੀਜ਼ਾਂ ਆਪਣੀ ਲੁਕਾਈ ਦੇ ਵਿੱਚ ਵੇਖਣ ਨੂੰ ਮਿਲੀਆਂ। ਲੋਕਾਂ ਨੂੰ ਜਾਗਰਿਤੀ ਆਈ ਆਪਣੀ ਜ਼ਬਾਨ ਦੇ ਬਾਰੇ, ਔਰ ਲੋਕ ਇਸ ਨੂੰ ਇੱਕ ਸਵਾਲ ਨੂੰ, ਇਸ ਮਸਲੇ ਨੂੰ ਇੱਕ ਮਸਲਾ ਸਮਝਣ ਲੱਗ ਗਏ। ਲੇਕਿਨ ਬੜੇ ਅਫਸੋਸ ਨਾਲ ਆਖਣਾ ਪੈਂਦਾ ਹੈ ਕਿ ਇਸ ਸਾਰੇ ਕੀਤੀ ਦੇ ਬਾਵਜੂਦ ਪੰਜਾਬ ਗੌਰਮੈਂਟ ਨੂੰ ਇਸ 'ਤੇ ਕੋਈ ਅਜੇ ਤੱਕ ਐਸਾ ਕੰਮ ਨਹੀਂ ਕੀਤਾ ਕਿ ਜਿਹਦੇ ਵਾਸਤੇ ਕੋਈ ਸਾਨੂੰ ਇਹ ਲੱਗੇ ਕਿ ਉਹ ਇਸ 'ਤੇ ਪੜ੍ਹਾਉਣ ਵਾਸਤੇ ਕੋਈ ਸੀਰੀਅਸ ਹੈ। ਗੋ ਕਿ ਪੰਜਾਬ ਗੌਰਮੈਂਟ ਦੇ ਵਜ਼ੀਰ ਤਾਲੀਮ ਸਾਹਿਬ ਨੇ ਸਾਡੇ ਨਾਲ ਇਸ ਤੋਂ ਪਹਿਲੇ ਬਹੁਤ ਜ਼ਿਆਦਾ ਵਾਅਦੇ ਕੀਤੇ ਕਿ ਇਹਦੇ ਵਾਸਤੇ ਕਮੇਟੀਆਂ ਬਣਾ ਦਿੱਤੀਆਂ ਗਈਆਂ, ਔਰ ਜਲਦੀ ਤੁਸੀਂ ਪੰਜਾਬੀ ਜ਼ਬਾਨ ਨੂੰ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਪੜ੍ਹਾਇਆ ਜਾਂਦਾ ਦੇਖੋਗੇ। ਲੇਕਿਨ ਅਜੇ ਤੱਕ ਉਸ 'ਤੇ ਕੋਈ ਅਮਲ ਨਹੀਂ ਹੋ ਸਕਿਆ, ਖਾਲੀ ਸਿਰਫ ਗੱਲਾਂ ਸੀ, ਔਰ ਗੱਲਾਂ ਦਾ ਕੀ ਹੁੰਦਾ। ਸੋ ਸਾਡੇ ਕੋਲ ਇੱਕ ਵਾਅਦ ਰਸਤਾ ਸੀ ਕਿ ਅਸੀਂ ਅਦਾਲਤ ਨਾਲ ਰਜੂ ਕਰੀਏ, ਔਰ ਉਹਦੇ ਵਿੱਚ ਸਾਡੇ ਜਿਹੜੇ ਵਕੀਲ ਹਨ ਤਾਇਰ ਸਿੰਧੂ ਸਾਹਿਬ, ਉਹਨਾਂ ਦੇ ਥਰੂ ਅਸੀਂ ਰਿਟ ਪਟੀਸ਼ਨ ਲਾਹੌਰ ਹਾਈ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਹੈ। ਔਰ ਜਿਹੜੀ ਬਹੁਤ ਇੱਕ ਚੰਗੀ ਗੱਲ ਹੈ ਕਿ ਇਸ ਕੇਸ ਨੂੰ ਜਿਹੜਾ ਹੈ ਉਹ ਚੀਫ ਜਸਟਿਸ ਲਾਹੌਰ ਹਾਈ ਕੋਰਟ ਸੈਯਦ ਮਨਸੂਰ ਅਲੀ ਸ਼ਾਹ ਸਾਹਿਬ ਜਿਹੜੇ ਉਹ ਖੁਦ ਸੁਣ ਰਹੇ, ਔਰ ਅੱਜ ਉਹਦੀ ਪਹਿਲੀ ਹੀਅਰਿੰਗ ਸੀ, ਔਰ ਉਹਦੇ ਵਿੱਚ ਸਾਨੂੰ ਜਿਹੜੇ ਚੀਫ ਜਸਟਿਸ ਸਾਹਿਬ ਦੇ ਰਿਮਾਰਕ ਸੀ ਉਹ ਬੜੇ ਹੀ ਮੁਸਬਤ ਲੱਗੇ, ਔਰ ਉਹਦੇ ਵਿੱਚ ਉਹ ਬਜ਼ਾਤੇ ਖੁਦ ਜ਼ਾਤੀ ਤੌਰ 'ਤੇ ਇਸ ਦੇ ਵਿੱਚ ਦਿਲਚਸਪੀ ਰੱਖਦੇ ਸੀ। ਕਿਉਂਕਿ ਦਿਲਚਸਪੀ ਕਿਉਂ ਨਾ ਰੱਖਦੇ, ਦੁਨੀਆਂ ਦੇ ਵਿੱਚ ਜਿਹੜਾ ਵੀ ਜ਼ਬਾਨ ਦੇ ਮਸਲੇ ਨੂੰ ਸਮਝਦਾ ਹੈ, ਔਰ ਜ਼ਬਾਨ ਦੇ ਨਾਲ ਜੁੜੇ ਹੋਏ ਜਿਤਨੇ ਸਵਾਲ ਹੁੰਦੇ ਉਹਨਾਂ ਨੂੰ ਜਿਹੜਾ ਸਮਝਦਾ ਹੈ, ਉਹਦੀ ਪੈਰਾਲੀ ਦੇ ਵਿੱਚ ਦਿਲਚਸਪੀ ਲਾਜ਼ਮੀ ਹੋਏਗੀ। ਔਰ ਇਹ ਕੇਸ ਇਨਸ਼ਾਅੱਲਾ ਅੱਗੇ ਚੱਲੇਗਾ, ਔਰ ਸਾਨੂੰ ਆਪਣੀ ਅਦਾਲਤ ਤੋਂ, ਸਾਨੂੰ ਚੀਫ ਜਸਟਿਸ ਆਫ ਪਾਕਿਸਤਾਨ ਤੋਂ ਪੂਰੀ ਉਮੀਦ ਹੈ ਕਿ ਉਸ ਜ਼ਬਾਨ ਨੂੰ ਜਿਸ ਤਰ੍ਹਾਂ ਇਸ ਮਸਲੇ ਨੂੰ ਸਮਝਦੇ ਹਨ, ਇਸ ਨੂੰ ਆਇਨੀ ਤਨਾਜ਼ਰ ਦੇ ਵਿੱਚ ਉਹ ਇਸ ਨੂੰ ਜਿਸ ਤਰੀਕੇ ਨਾਲ ਅੱਗੇ ਲੈ ਕੇ ਦੇਖਣਗੇ, ਔਰ ਉਹਦੇ ਤੋਂ ਬਾਅਦ ਫੈਸਲਾ ਇਨਸ਼ਾਅੱਲਾ ਇਨਸ਼ਾਅੱਲਾ ਪੰਜਾਬੀ ਦੇ ਹੱਕ ਦੇ ਵਿੱਚ ਆਏਗਾ। ਬਾਕੀ ਮੈਂ ਤਾਰਕ ਸਾਹਿਬ ਨੂੰ ਕਹਾਂਗੀ ਤੁਹਾਡੇ ਨਾਲ ਗੱਲ ਕਰ। ਰਜ਼ਾ ਸਾਹਿਬ ਨੇ ਪੰਜਾਬੀ ਪੜਾਓ ਤਾਰੀਖ ਦੇ ਬਾਰੇ 'ਚ ਔਰ ਅੱਜ ਦੀ ਅਦਾਲਤੀ ਕਾਰਵਾਈ ਦੇ ਬਾਰੇ 'ਚ ਬੜੇ ਅੱਛੇ ਤਰੀਕੇ ਨਾਲ ਤੁਹਾਨੂੰ ਆਗਾਹ ਕੀਤਾ, ਔਰ ਮੈਂ ਜ਼ਾਤੀ ਤੌਰ 'ਤੇ ਵੀ ਬਹੁਤ ਬਹੁਤ ਉਮੀਦ ਹਾਂ ਕਿ ਸਾਨੂੰ ਅਦਾਲਤ ਵੱਲੋਂ ਪੂਰਾ ਇਨਸਾਫ਼ ਮਿਲੇਗਾ ਔਰ ਅਸੀਂ ਪੰਜਾਬੀ ਦਾ ਹੱਕ ਲੈਣ 'ਚ ਇਨਸ਼ਾਅੱਲਾ ਕਾਮਯਾਬ ਹੋ ਜਾਵਾਂਗੇ। ਇਸ ਵੇਲੇ ਸਾਨੂੰ ਸਿਰਫ ਇਸ ਚੀਜ਼ ਦੀ ਜ਼ਰੂਰਤ ਹੈ ਕਿ ਸਾਡੇ ਪਿੱਛੇ ਤੁਹਾਡੀ ਪੂਰੀ ਸਪੋਰਟ ਹੋਵੇ, ਪੂਰੀ ਅਖਲਾਕੀ ਹਮਾਇਤ ਹੋਵੇ। ਤੋ ਇਸੇ ਤਰ੍ਹਾਂ ਹੀ ਮੁਮਕਿਨ ਹੈ ਕਿ ਜਦੋਂ ਅਸੀਂ ਅਦਾਲਤ ਵਿੱਚ ਜਾਂਦੇ ਹਾਂ, ਅੱਜ ਤਾਂ ਪਹਿਲੀ ਹੀਅਰਿੰਗ ਸੀ ਔਰ ਕਾਫੀ ਲੋਕਾਂ ਨੂੰ ਮੇਰੇ ਬਾਰੇ 'ਚ ਮਾਲੂਮ ਵੀ ਨਹੀਂ ਸੀ, ਤਾਂ ਅਸੀਂ ਚਾਹੁੰਦੇ ਹਾਂ ਕਿ ਅਗਲੀ ਹੀਅਰਿੰਗ ਜਿਹੜੀ ਸਾਡੀ 28 ਤਰੀਕ ਨੂੰ ਹੋ ਰਹੀ ਹੈ, ਅਸੀਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਪੰਜਾਬੀ ਨਾਲ ਪਿਆਰ ਕਰਨ ਵਾਲੇ ਨੇ ਔਰ ਇਸ ਕਾਜ਼ ਨਾਲ ਜੁੜੇ ਹੋਏ ਨੇ, ਇਹ ਦਾਅਵਤ ਵੀ ਦਿੰਦੇ ਹਾਂ ਔਰ ਤੋਕੋ ਕਰਦੇ ਹਾਂ ਕਿ ਤੁਸੀਂ ਸਾਰੇ ਰਲ ਕੇ ਕੋਰਟ 'ਚ ਆਓ, ਔਰ ਖਾਸ ਤੌਰ 'ਤੇ ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਨਾ ਸਾਡੀ ਸਮਾਨੀਆਂ ਦਾ, ਬੀਬੀਆਂ ਦਾ, ਉਹ ਵੀ ਹਨ, ਔਰ ਸਾਰੇ ਸਾਡੇ ਜਦੋਂ ਪਿੱਛੇ ਹੋਣਗੇ, ਸਾਡੀ ਬੈਗ 'ਤੇ ਹੋਣਗੇ, ਅਤੇ ਇੱਕ ਇੰਪ੍ਰੈਸ਼ਨ ਪਏਗਾ ਕਿ ਇਸ ਤਰ੍ਹਾਂ ਰਜ਼ਾ ਸਾਹਿਬ ਦਾ, ਮੇਰਾ ਜਾਂ ਪੰਜਾਬੀ ਪ੍ਰਚਾਰ ਦਾ ਮਸਲਾ ਨਹੀਂ ਹੈ, ਉਹ ਪੂਰੇ ਪੰਜਾਬ ਦਾ ਮਸਲਾ, ਪੂਰੇ ਪੰਜਾਬੀ ਬੋਲਣ ਵਾਲੇ ਦਾ ਮਸਲਾ। ਅਤੇ ਇਸ ਅਖਲਾਕੀ ਹਿਮਾਇਤ ਦੀ ਤੁਹਾਨੂੰ ਔਰ ਸਾਨੂੰ ਸਭ ਨੂੰ ਲੋੜ ਹੈ, ਔਰ ਅਸੀਂ ਇਹਨੂੰ ਚਾਹਵਾਂਗੇ ਕਿ ਤੁਸੀਂ ਸਾਡੀ ਗੱਲ 'ਤੇ, ਸਾਡੀ ਅਪੀਲ 'ਤੇ ਕੰਮ ਕਰੋ, ਅਤੇ ਅਗਲੀ ਪੇਸ਼ੀ 'ਤੇ ਨਸ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਅਦਾਲਤ 'ਚ ਆਓ, ਤਾਂ ਕਿ ਅਦਾਲਤ ਦੇ ਵਿੱਚ ਜੱਜ ਸਾਹਿਬ ਨੂੰ ਔਰ ਸਭ ਨੂੰ ਇਸ ਚੀਜ਼ ਤੋਂ ਪਤਾ ਚੱਲੇ ਕਿ ਪੰਜਾਬੀ ਕਮਿਊਨਿਟੀ ਇਹਨਾਂ ਦੇ ਨਾਲ ਹੈ ਔਰ ਇਹ ਮਸਲਾ ਹੱਲ ਹੋਣਾ ਚਾਹੀਦਾ ਜ਼ਬਾਨ ਦਾ। ਬਹੁਤ ਬਹੁਤ ਸ਼ੁਕਰੀਆ।